ਤੁਹਾਨੂੰ ਦੱਸਿਓ ਕਿਵੇਂ ਦੀ ਵੀਡੀਓ ਲੱਗੀ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ, ਲਾਈਕ ਕਰਿਓ ਤੇ ਰੇਟ ਇਹਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਹਾਂ ਕਿ ਜਿਹੜੇ ਆਪਣੇ ਵੀਰ ਆਪਣੇ ਨਵੇਂ ਜੁੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਵਾਲਾ ਬਟਨ ਨੱਪ ਲਓ ਤੇ ਏ ਟੂ ਜੈਡ ਸਾਰੀ ਵੀਡੀਓ ਵੇਖਿਓ ਕਿ ਜੇ ਤੁਸੀਂ ਬੈੱਲ ਵਾਲਾ ਬਟਨ ਨੱਪੋਗੇ ਤਾਂ ਸਿੱਧੀ ਵੀਡੀਓ ਤੁਹਾਡੇ ਕੋਲ ਆਊਗੀ ਤੇ ਨਵੀਂ। ਜੇ ਤੁਸੀਂ ਸਾਡੇ ਤੋਂ ਗੱਡੀ ਨਹੀਂ ਲੈਂਦੇ ਕਿਤੋਂ ਵੀ ਗੱਡੀ ਲੈਂਦੇ ਜੇ ਤਾਂ ਤੁਹਾਨੂੰ ਵੱਖ ਵੱਖ ਇਹਦੇ 'ਚ ਜਾਣਕਾਰੀਆਂ ਮਿਲਣਗੀਆਂ ਕਿ ਆਪਾਂ ਜਦੋਂ ਕਿਸੇ ਉਹਦੇ ਘਰੇ ਗੱਡੀ ਲੈਣ ਜਾਂਦੇ ਆਪਾਂ ਕਿਹੜੀ ਚੀਜ਼ ਵੇਖਣੀ ਹੈ ਤੇ ਏ ਟੂ ਜੈਡ ਸਾਰੀ ਵੀਡੀਓ ਵੇਖਿਆ ਕਰੋ ਤੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ, ਸ਼ੇਅਰ ਦਾ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਤੁਹਾਡੇ ਨਾਲ ਹੀ ਅਸੀਂ ਹਾਂ, ਜੇ ਤੁਸੀਂ ਸ਼ੇਅਰ ਕਰੋਗੇ ਤਾਂ ਅਸੀਂ ਹਾਂ। ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ 2005 ਮਾਡਲ ਮਰੂਤੀ 800। ਗੱਡੀ ਬਿਲਕੁਲ ਨਵੀਂ ਹੈ ਤੇ ਬਹੁਤ ਸੋਹਣੀ ਹੈ ਤੇ ਪਾਸਿੰਗ ਇਹਦੀ ਹੈਗੀ ਹੈ 27 ਤੱਕ ਤੇ ਪ੍ਰਦੂਸ਼ਣ ਬੀਮਾ ਸਾਰੇ ਕਾਗਜ਼ ਓਕੇ ਤੇ ਆਨਲਾਈਨ ਬੋਲਦੀ ਚਿੱਪ ਵਾਲੀ ਕਾਪੀ ਹੈ। ਆ ਜਾਓ ਹੁਣ ਤੁਹਾਨੂੰ ਆਪਾਂ ਮਰੂਤੀ ਦੇ ਸਾਰੀ ਦੇ ਦਰਸ਼ਨ ਕਰਾਉਣੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ਪਹਿਲਾਂ ਤਾਂ ਗੱਡੀ ਦੀ ਲੁੱਕ ਚੈੱਕ ਕਰੋ, ਬਹੁਤ ਸੋਹਣੀ ਗੱਡੀ ਹੈ ਤੇ ਕੰਮ ਖਰਚਾ ਗੱਡੀ ਤੇ ਕੋਈ ਵੀ ਨਹੀਂ ਹੈਗਾ। ਤੁਹਾਨੂੰ ਆਪਾਂ ਏ ਟੂ ਜੈੱਡ ਸਾਰੀ ਗੱਡੀ ਦਿਖਾ ਦਿੰਦੇ ਹਾਂ, ਕੰਮ ਖਰਚਾ ਕੋਈ ਵੀ ਨਹੀਂ ਹੈਗਾ। ਆ ਜਾਓ ਕਰੋ ਚੈੱਕ, 5 ਮਾਡਲ ਏ, 27 ਤੱਕ ਪਾਸਿੰਗ ਹੈ, ਚਿੱਪ ਵਾਲੀ ਕਾਪੀ ਹੈ ਤੇ ਏਸੀ ਇਹਦੇ 'ਚ ਹੈਗਾ ਜੀ, ਏਸੀ ਲੱਗਾ ਆ ਪਰ ਉਹਦੀ ਬਿਲਟ ਬੁਲਟ ਕਹਿੰਦੇ ਲਾਈ ਹੋਈ ਹੈ, ਬਾਕੀ ਏਸੀ ਚੱਲਦਾ ਵਰਕਿੰਗ 'ਚ। ਕਰੋ ਚੈੱਕ ਸਾਰੀ ਗੱਡੀ, ਅਗਾ ਧੁੰਦ ਦਾ ਆ ਗਿਆ ਮੌਸਮ ਤੇ ਜਿਹੜੇ ਵੀਰ ਨੇ ਲੈਣੀ ਚੱਕੋ ਫੋਨ ਤੇ ਛੇਤੀ ਛੇਤੀ ਵੀਰ ਨੂੰ ਕਰਿਓ ਕਾਲ ਤੇ ਆ ਜਾਓ। ਪਹਿਲਾਂ ਤੁਹਾਨੂੰ ਆਪਾਂ ਵਿਖਾਉਣੇ ਆ ਟਾਇਰ, ਟਾਇਰ ਇਹਦੇ ਕਰੋ ਚੈੱਕ, ਆਜੋ ਹੁਣ ਤੁਹਾਨੂੰ ਜ਼ਿਆਦੀਆਂ ਦੀ ਬਾਰੀਆਂ ਦਿਖਾਉਣੇ ਆ, ਚੈੱਕ ਕਰਵਾ ਦਈਏ। ਸ਼ੀਸ਼ੇ ਸ਼ੂਸ਼ੇ ਸਭ ਕੋਈ ਨਾਲ ਹੈ, ਕੋਈ ਗਲੀ ਨਹੀਂ, ਕੋਈ ਕੁਝ ਨਹੀਂ। ਕਰੋ ਚੈੱਕ ਅੰਦਰੋਂ ਵਿਖਾ ਦਿੰਦੇ ਤੁਹਾਨੂੰ, ਸਟੀਰੀਓ ਲੱਗਾ ਆ, ਏਸੀ ਲੱਗਾ ਆ, ਆਹ ਦੇਖੋ ਚੈੱਕ ਕਰੋ, ਏਸੀ ਵੀ ਲੱਗਾ ਆ, ਸਟੀਰੀਓ ਲੱਗਾ ਆ, ਕੁੱਲ ਮਿਲਾ ਕੇ ਇੰਜਨ ਗੇਅਰ ਦੀ ਚੰਗੀ ਹੈ। ਉੱਤੋਂ ਛੱਤ ਛੁੱਤ ਚੈੱਕ ਕਰ ਲਓ, ਸੀਟਾਂ ਸੂਟਾਂ ਦੇਖ ਲਓ, ਬਾਕੀ ਜਿਹੜੇ ਵੀਰ ਨੇ ਲੈਣੀ ਆਪਦੇ ਹਿਸਾਬ ਨਾਲ ਮਾੜੀ ਮੋਟੀ ਉਹਨੂੰ ਮਤਲਬ ਕਿ ਤਿਆਰ ਕਰਵਾ ਸਕਦਾ। ਕਾਗਜ਼ਾਂ ਪੱਤਰਾਂ ਵੱਲੋਂ ਪੂਰੀ ਓਕੇ ਆ ਕਿ ਜਿੱਥੇ ਮਰਜ਼ੀ ਲਈ ਫਿਰ ਉਹ ਕੋਈ ਨੀ ਪੁੱਛਦਾ, ਸਾਰੇ ਸ਼ੀਸ਼ੇ ਸ਼ੂਸ਼ੇ ਸਭ ਕੋਈ ਨਾਲ ਦਾ ਹੀ। ਆਹ ਸ਼ੀਟ ਕਵਰ ਹੈਗੇ ਥੱਲੇ ਰੀਜਨਲ ਹੈਗੇ, ਉੱਤੋਂ ਲੈ ਜਾਣੇ ਆ, ਥੱਲੜੇ ਰੀਜਨਲ ਉੱਤੇ ਲਾ ਕੇ ਪਰਾਂ ਮਾਰਿਓ। ਕਰੋ ਚੈੱਕ ਤੇ ਪਿਓਰ ਪੈਟਰੋਲ ਹੈ, ਪਿਓਰ ਪੈਟਰੋਲ ਹੈ। ਆ ਲਓ ਬਾਰੀ ਆ ਵੀ ਚੈੱਕ ਕਰ ਲਓ, ਡਿੱਗੀ ਚੈੱਕ ਕਰ ਲਓ, ਸੋਰੀ ਕੋਈ ਗਲੀ ਗੁਲੀ ਨਹੀਂ, ਰੈਸਟਿੰਗ ਰੁਸਟਿੰਗ ਨਹੀਂ ਹੈਗੀ। ਜ਼ਿਆਦਾਤਰ ਮਰੂਤੀ ਨੂੰ ਰੈਸਟਿੰਗ ਹੋਣ ਆਉਂਦੀ ਕਿਉਂਕਿ ਉਮਰ ਜ਼ਿਆਦਾ ਹੋਈ ਪਈ ਹੈ ਤੇ ਜ਼ਿਆਦਾਤਰ ਇਹਨੂੰ ਰੈਸਟਿੰਗ ਹੁੰਦੀ ਹੈ, ਰੈਸਟਿੰਗ ਨਹੀਂ ਹੈਗੀ, ਸਟਿਪਣੀ ਵੀ ਹੈਗੀ ਵਿੱਚ। ਉੱਦਾਂ ਸੋਹਣੀ ਹੈ ਗੱਡੀ, ਕੁੱਲ ਮੈਂ ਨੰਬਰ ਵੀ ਵਧੀਆ, PV4-03-97। ਆਹ ਬਾਰੀ ਪੈਣ ਥੱਲੇ, ਆਹ ਦੇਖੋ ਜੀ ਕੋਈ ਰਸਟੀ ਰੁਸਟਿੰਗ ਖਾਸ ਕਿਤੇ ਕੁਝ ਵੀ ਨਹੀਂ ਹੈਗੀ, ਫਰੇਮ ਦੀ ਸੋਹਣੀ ਹੈ ਤੇ ਆਹ ਸ਼ੀਟ ਕਵਰ ਹੈਗੇ ਮਾੜੇ ਮੋਟੇ, ਤੁਸੀਂ ਉੱਤੋਂ ਲਾ ਲਿਓ ਆਪਦਾ ਜੋ ਵੀ ਕਰਨਾ ਇਹਨਾਂ ਦਾ, ਵਿੱਚੋਂ ਥੋੜੀ ਤੁਹਾਨੂੰ ਤਿਆਰ ਕਰਨੀ ਪੈਣੀ ਹੈ।
ਕਰੋ ਚੈੱਕ ਫਰੇਮ ਲੱਗੀ ਵੀ ਜੀ ਮੇਜਰ ਐਕਸੀਡੈਂਟ ਦੀ ਸਾਡੀ ਜ਼ਿੰਮੇਵਾਰੀ, ਮਾੜੀ ਮੋਟੀ ਪੇਂਟ ਹੈਗੀ ਏ। ਆ ਵੀ ਬਾਰੀ ਸ਼ੀਲਡ ਜੀ ਕਰੋ ਚੈੱਕ ਤੇ ਚੱਲੀ ਇਹ ਮੀਟਰ ਇਹਦਾ ਹੈਗਾ ਜੀ 72,000 ਤੇ, 72,000 ਤੇ ਮੀਟਰ ਏ ਤੇ ਪਿਓਰ ਪੈਟਰੋਲ ਏ, ਏਸੀ ਲੱਗਾ ਆ ਪਰ ਕਹਿੰਦੇ ਵਰਕਿੰਗ ਜੀ ਨਹੀਂ, ਪਤਾ ਬੈਲਟ ਬੁਲਟ ਲਾਈ ਕੀ ਕੀਤਾ ਉਹ ਵੀਰ ਆਪੇ ਦੱਸ ਦੇਣਗੇ ਜਦੋਂ ਤੁਸੀਂ ਇਹਨਾਂ ਨੂੰ ਕਾਲ ਕੀਤੀ। ਸ਼ੀਸ਼ੇ ਹੁਣ ਸਾਰੇ ਨਾਲ ਦੇ ਜੀ, 5 ਦਾ, ਆ ਵੀ 5 ਦਾ, ਆ ਵੀ 5 ਦਾ, ਆ ਵੀ 5 ਦਾ, ਆ ਵੀ 5 ਦਾ ਸ਼ੀਸ਼ਾ, ਆ ਵੀ 5 ਦਾ, ਆ ਵੀ 5 ਦਾ, ਆ ਵੀ 5 ਦਾ, ਆ ਵੀ 5 ਦਾ, ਸ਼ੀਸ਼ੇ ਸਾਰੇ ਨਾਲ ਦੇ ਆ। ਫਰੰਟ ਵਾਲਾ ਚੇਂਜ 2011 ਚ ਹੋਇਆ, ਬਾਕੀ ਸਾਰੇ ਨਾਲ ਦੇ ਆ। ਤੇ ਆ ਜਾਓ ਹੁਣ ਤੁਹਾਨੂੰ ਆਪਾਂ ਇਹਦਾ ਬੌਂਡ ਚੱਕ ਕੇ ਗੱਡੀ ਵਿਖਾਉਣੇ ਆ, ਬੌਂਡ ਚੱਕ ਕੇ ਵੇਖ ਲਓ ਕੋਈ ਰਸਟਿੰਗ ਨਹੀਂ, ਨਹੀਂ ਤਾਂ ਜ਼ਿਆਦਾਤਰ ਮੂਰਤੀਆਂ ਨੂੰ ਥਾਂ ਥਾਂ ਰਸਟਿੰਗ ਆਉਂਦੀ ਹੈ, ਕੋਈ ਰਸਟਿੰਗ ਨਹੀਂ। ਕਰੋ ਚੈੱਕ, ਬੌਂਡ ਵੀ ਸ਼ੀਲਡ ਦੇ ਨਾਲ ਦਾ, ਹਜੇ ਤੱਕ ਪੱਲੇ ਵੀ ਨਹੀਂ ਖੁੱਲ੍ਹੇ, ਦੇਖ ਲਓ ਚੈੱਕ ਕਰ ਲਓ। ਐਪਰਨ ਵੀ ਨਾਲ ਦਾ ਓਰੀਜਨਲ ਏ ਤੇ 02 ਇੰਜਨ ਏ, 02 ਇੰਜਨ ਏ। ਜਿਵੇਂ ਆਪਾਂ 01 ਆਉਂਦਾ ਹੁੰਦਾ ਸੀ ਉਹ ਗਰਮੀਆਂ 'ਚ, ਜ਼ਿਆਦਾਤਰ ਤੁਸੀਂ ਵੇਖਿਆ ਹੋਣਾ ਕਿ ਉਹ ਸਟਾਰਟ ਨਹੀਂ ਹੁੰਦੀਆਂ ਗੱਡੀਆਂ, ਤੇ 02 ਇੰਜਨ ਏ ਤੇ ਨਵੀਂ ਬੈਟਰੀ ਜਮਾਂ 23 'ਚ, 1-23 ਨਵੀਂ ਰਖਾਈ ਜਮਾਂ ਬੈਟਰੀ, ਗਰੰਟੀ ਹੋਣੀ 2-3 ਸਾਲ ਦੀ। ਮੇਜਰ ਐਕਸੀਡੈਂਟ ਦੀ ਆਪਣੀ ਫੁੱਲ ਗਰੰਟੀ, ਓਰੀਜਨਲ ਫੱਟੀ ਏ, ਚੈੱਕ ਕਰੋ। ਕੋਈ ਬਲੋ ਨਹੀਂ, ਕੋਈ ਤੇਲ ਨਹੀਂ ਕਢਾਉਂਦੀ, ਤੁਹਾਡੇ ਸਾਹਮਣੇ ਖੜੀ ਏ। ਤੇ 04 ਇੱਕ ਨੰਬਰ ਏ ਤੇ ਤੁਹਾਨੂੰ ਦੱਸਿਓ ਕਿਵੇਂ ਦੀ ਵੀਡੀਓ ਲੱਗੀ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ, ਲਾਈਕ ਕਰਿਓ। ਤੇ ਰੇਟ ਇਹਦਾ ਹੈਗਾ ਜੇ 65,000 ਰੁਪਇਆ ਬਾਈ ਮੰਗਦੇ ਆ, ਮੌਕੇ ਤੇ ਮਾੜਾ ਮੋਟਾ ਮਾਨ ਤਾਨ ਜ਼ਰੂਰ ਕਰਨਗੇ। ਤੇ ਗੱਡੀ ਕੁੱਲ ਮਿਲਾ ਕੇ ਰੇਟ 'ਚ ਸਹੀ ਏ, ਕਿਉਂਕਿ ਅੱਗੇ ਆ ਗਿਆ ਸਿਆਲ, ਧੁੰਦਾ ਪੈਣੀਆਂ ਤੇ 3-4 ਜਣੇ ਜਿਹੜੇ ਜਿੱਥੇ ਮਰਜ਼ੀ ਨੂੰ ਲੈ ਕੇ ਤੁਸੀਂ ਜਾ ਸਕਦੇ ਹੋ। ਪਾਸਿੰਗ ਵੀ ਹੈਗੀ ਏ ਤੇ ਬੜੀ ਬੈਸਟ ਗੱਡੀ ਏ। ਤੇ ਬਾਕੀ ਤੁਹਾਨੂੰ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਸਾਰੀ ਡਿਟੇਲ ਤੁਹਾਨੂੰ ਆਪਾਂ ਪ੍ਰੋਪਰ ਇਹਦੀ ਦੇਤੀ ਹੈ, ਚਲਾ ਕੇ ਵੇਖ ਲਈ, ਕੋਈ ਪੈਸਾ ਨਹੀਂ ਇਹਦੇ ਲੱਗਦਾ। ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ, ਕਮੈਂਟ ਕਰਿਓ। ਧੰਨਵਾਦ ਜੀ।